ਅੱਜ ਕੋਈ ਵਿਸ਼ੇਸ਼ ਮੀਟਿੰਗ ਭਾਵੇਂ ਵਿਸ਼ੇਸ਼ ਸੱਦੇ 'ਤੇ ਨਹੀਂ ਸੱਦੀ ਸੀ, ਪਰੰਤੂ ਜਿਸ ਤਰ੍ਹਾਂ ਆਪ ਮੁਹਾਰੇ ਲੋਕ ਆਏ ਨੇ, ਇਹ ਪੰਥ ਦਰਦੀਆਂ ਦਾ, ਪੰਥ ਹਤੈਸ਼ੀਆਂ ਦਾ, ਪੰਜਾਬ ਹਤੈਸ਼ੀਆਂ ਦਾ ਇੱਕ ਸੋਚ ਆ, ਉਹ ਸੋਚ ਦਾ ਪ੍ਰਗਟਾਵਾ। ਔਰ ਇਹੀ ਸੋਚ ਸਤਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਸਾਰੀ ਸੀਨੀਅਰ ਲੀਡਰਸ਼ਿਪ ਨੇ ਸਾਹਮਣੇ ਰੱਖੀ, ਜਿਹਦਾ ਉਹਨਾਂ ਜਿਨ੍ਹਾਂ ਨੂੰ ਉਹ ਬਾਗੀ ਕਹਿ ਕੇ ਗੁੱਸਾ ਕਰ ਰਹੇ ਨੇ। ਔਰ ਮੈਂ ਕਹਿ ਸਕਦਾ ਕਿ ਇਹੀ ਸਾਡੀ ਭਾਵਨਾ ਸੀ ਕਿ ਲੋਕਾਂ ਦੀ ਭਾਵਨਾ ਨਾਲ, ਲੋਕਾਂ ਦੇ ਫਤਵੇ ਨਾਲ ਟੱਕਰ ਨਹੀਂ ਲੈਣੀ ਚਾਹੀਦੀ। ਜੇ ਪੰਥ ਅਤੇ ਪੰਜਾਬ ਇਹ ਗੱਲ ਨਾਲ ਰਾਜ਼ੀ ਆ ਕਿ ਤਿਆਗ ਦੀ ਭਾਵਨਾ ਦਿਖਾਈ ਜਾਵੇ, ਤਾਂ ਤਿਆਗ ਦਾ ਹਮੇਸ਼ਾ ਕਦਰ ਹੁੰਦੀ ਆ, ਤਿਆਗ ਦੀ ਹਮੇਸ਼ਾ ਲੋਕਾਂ ਨੇ ਕਦਰ ਪਾਈ ਆ, ਔਰ ਸਾਡਾ ਇਤਿਹਾਸ ਇਸ ਗੱਲ ਦਾ ਗਵਾਹ। ਸੋ ਅੱਜ ਲੋੜ ਆ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਰੋਹ ਰੀਤਾਂ 'ਤੇ ਲਿਜਾਣ ਦੀ, ਪੰਥਕ ਸੋਚ 'ਤੇ ਲਿਜਾਣ ਦੀ। ਇਸੇ ਕਰਕੇ ਜਿਹੜੇ ਪੰਥ ਦਰਦੀ, ਪੰਥ ਹਤੈਸ਼ੀ ਲੋਕ ਨੇ, ਜਿਹੜੇ ਵੀ ਪਿਛਲੇ ਸਮੇਂ ਸਰਕਾਰਾਂ ਵਿੱਚ ਰਹੇ, ਉਹਨਾਂ ਨੇ ਮਹਿਸੂਸ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਆਪਣੀ ਪਿਛਲੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਹੋਈਆਂ, ਔਰ ਉਹਨਾਂ ਗਲਤੀਆਂ ਨੂੰ ਦਰੁਸਤ ਕਰਨ ਦੇ ਵਿੱਚ ਅਸੀਂ ਸਫਲ ਨਹੀਂ ਹੋ ਪਾਏ, ਉਸ ਗਲਤੀ ਦੀ ਖਿਮਾ ਜਾਚਕਾ ਲਈ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਜੋ ਵੀ ਜਹਿਦਾ ਸ਼੍ਰੀ ਅਕਾਲ ਤਖਤ ਸਾਹਿਬ ਮਹਿਸੂਸ ਕਰਨ ਪੰਥਕ ਮਰਿਆਦਾ ਅਨੁਸਾਰ, ਉਹ ਸਜ਼ਾ ਕਬੂਲਣ ਨੂੰ ਤਿਆਰ ਆ।
ਉਹ ਅਸੀਂ ਲਿਖਤੀ ਤੌਰ 'ਤੇ ਦੇ ਕੇ ਆਏ, ਪਰ ਸਾਨੂੰ ਅਫਸੋਸ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਣ 'ਤੇ ਹੀ ਬੀਜੇਪੀ ਦੇ ਏਜੰਟ ਦੱਸਿਆ ਗਿਆ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਣ ਵਾਲਿਆਂ ਨੂੰ ਬੀਜੇਪੀ ਦੀ ਸਾਜ਼ਿਸ਼ ਦੱਸਿਆ ਗਿਆ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਉਹਨੂੰ ਵੀ ਬੀਜੇਪੀ ਦੀ ਸਾਜ਼ਿਸ਼ ਦੱਸਿਆ ਗਿਆ, ਔਰ ਉਹਨਾਂ ਲੋਕਾਂ ਵੱਲੋਂ ਦੱਸਿਆ ਗਿਆ ਜਿਹੜੇ ਬੀਜੇਪੀ ਦੇ ਰਾਜਾਂ ਵਿੱਚ ਆਨੰਦ ਉਡਾਉਂਦੇ ਰਹੇ ਔਰ ਵਜ਼ੀਰੀਆਂ ਲੈਂਦੇ ਰਹੇ। ਸੋ ਇਹੀ ਸਾਡਾ ਸ਼ਿਕਵਾ, ਇਹੀ ਸਾਡੀ ਸ਼ਿਕਾਇਤ ਆ ਲੋਕਾਂ ਦੀ, ਕਿ ਮੈਂ ਸਮਝਦਾ ਕਿ ਜੇ ਕੋਈ ਨੇਕ ਸਲਾਹ ਦਿੰਦਾ ਉਹਦਾ ਬੁਰਾ ਨਹੀਂ ਬਣਾਉਣਾ ਚਾਹੀਦਾ, ਬਲਕਿ ਨੇਕ ਸਲਾਹ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ, ਇਹ ਸਾਡੀ ਰਾਏ ਆ। ਔਰ ਅੱਜ ਵੀ ਅਸੀਂ ਕਹਿਣਾ ਚਾਹੁੰਦੇ ਹਾਂ, ਅੱਜ ਇੱਥੇ ਤੁਸੀਂ ਦੇਖਦੇ ਹੋ ਪਾਤਰਾਂ ਦੇ, ਸ਼ਤਰਾਣੇ ਦੇ ਅਤੇ ਆਪਣਾ ਲਹਿਰੇ ਦੇ, ਮੂਣਕ ਦੇ, ਖਨੌਰੀ ਦੇ, ਜਿਹੜੇ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਸਮਾਜਿਕ ਸਮਾਗਮ ਦੇ ਵਿੱਚ ਇੱਥੇ ਆਉਣਾ ਸੀ, ਲੋਕ ਇਕੱਠੇ ਹੋ ਕੇ ਆਏ ਅਤੇ ਹਰ ਇੱਕ ਦੀ ਇਹੀ ਮੰਗ ਸੀ ਤੁਹਾਡੇ ਸਾਹਮਣੇ, ਤੁਸੀਂ ਪ੍ਰੈਸ ਮੀਡੀਆ ਨੇ ਵੀ ਦੇਖਿਆ ਕਿ ਹਰ ਬੰਦਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਰਹੁ ਰੀਤਾਂ 'ਤੇ ਲਿਆਉਣਾ ਚਾਹੀਦਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੀ ਥਾਂ ਮਤਲਬ ਪੰਥ ਦੀ ਜਾਇਦਾਦ ਬਣਾ ਕੇ ਤੁਰਨਾ ਚਾਹੀਦਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਮਹੂਰੀ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਨ ਲਈ ਜੋ ਵੀ ਪਿੱਛੇ ਗਲਤੀਆਂ, ਕਤਾਈਆਂ, ਕਮੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਝੁੰਦਾ ਕਮੇਟੀ ਨੇ ਜਿਹੜੀ ਸਿਫਾਰਸ਼ ਕੀਤੀ ਸੀ ਉਹ ਲੋਕਾਂ ਦੀ ਭਾਵਨਾਵਾਂ ਦਾ ਪ੍ਰਗਟਾਵਾ ਸੀ ਕਿ ਲੀਡਰਸ਼ਿਪ ਜੇ ਪਰੇ ਹੋਏਗੀ ਤਾਂ ਪੰਥ ਦੀ ਇਹ ਪਾਰਟੀ ਹੋਰ ਮਜ਼ਬੂਤ ਹੋਏਗੀ। ਉਹ ਲੋਕਾਂ ਦੀ ਰਾਏ ਨੂੰ ਮੈਂ ਸਮਝਦਾ ਮੰਨ ਲੈਣਾ ਚਾਹੀਦਾ ਔਰ ਉਹ 'ਤੇ ਚੱਲ ਕੇ ਅਕਾਲੀ ਦਲ ਨੂੰ ਅੱਗੇ ਲਿਆ। ਅੱਜ ਕਿੰਨੀ ਦੁਰਦਸ਼ਾ ਹੋ ਰਹੀ ਆ, ਅੱਜ ਸਾਨੂੰ ਬੜਾ ਦੁੱਖ ਵੀ ਹੋਇਆ ਕਿ ਤੱਕੜੀ ਦਾ ਇਹ ਹਾਲ ਹੋ ਗਿਆ। ਤੱਕੜੀ ਦੀ ਦੁਰਦਸ਼ਾ ਹੁੰਦੀ ਪੰਥ ਦਰ ਦੀ ਕੋਈ ਦੇਖ ਨਹੀਂ ਸਕਦਾ। ਜੋ ਅੱਜ ਜਲੰਧਰ ਦੇ ਵਿੱਚ ਤੱਕੜੀ ਚੋਣ ਨਿਸ਼ਾਨ 'ਤੇ ਚੋਣ ਲੜ ਰਹੀ ਬੀਬੀ ਸੁਰਜੀਤ ਕੌਰ ਤੱਕੜੀ ਛੱਡ ਕੇ ਗਈ, ਔਰ ਮੈਂ ਸਮਝਦਾ ਤੱਕੜੀ ਦੇਣ ਵਾਲੇ ਅੱਜ ਵੀ ਹੋਰ ਕਿਸਮ ਦੇ ਆ ਗੱਲਾਂ ਕਰ ਰਹੇ ਨੇ, ਉਹਨਾਂ ਨੂੰ ਅੱਜ ਵੀ ਅਹਿਸਾਸ ਨਹੀਂ ਹੋ ਰਿਹਾ ਵੀ ਅੱਜ ਇੰਨੀ ਵੱਡੀ ਤੁਹੀਨ ਤੱਕੜੀ ਦੀ ਕਿਉਂ ਹੋਈ ਆ। ਤੱਕੜੀ ਛੱਡਣ ਲਈ ਇੱਕ ਗਰੀਬ ਔਰਤ, ਵਿਧਵਾ ਔਰਤ ਕਿਉਂ ਮਜਬੂਰ ਹੋਈ ਆ? ਇਹ ਗਲਤੀਆਂ ਮੰਨਣ ਦੀ ਥਾਂ ਬਲਕਿ ਇਲਜ਼ਾਮਬਾਜ਼ੀ ਉਹਨਾਂ ਲੋਕਾਂ ਦੇ ਕਰ ਰਹੇ ਨੇ ਜਿਨ੍ਹਾਂ ਨੇ ਉਸ ਬੀਬੀ ਦੀ ਉਸ ਦੁਰਦਸ਼ਾ, ਹੋ ਰਹੀ ਦੁਰਦਸ਼ਾ 'ਤੇ ਹੋਈ ਬੇਇੱਜ਼ਤੀ ਦੇ ਸਮੇਂ ਹਾਦਾ ਨਾਰਾ ਮਾਰਿਆ, ਇਹ ਵੱਖਰੀ ਗੱਲ ਆ। ਉਹ ਛੱਡ ਕੇ ਭੱਜੇ, ਕਿਉਂ ਭੱਜੇ ਇਹ ਤਾਂ ਰੱਬ ਜਾਣਦਾ, ਪਰ ਇੱਕ ਗੱਲ ਸਾਨੂੰ ਉਹਦੇ ਦਰਦ ਦਾ, ਉਹਦੀ ਪੀੜਾ ਦਾ, ਉਹਦੀ ਮਾਨਸਿਕ ਭਾਵਨਾ ਦਾ ਅਹਿਸਾਸ ਜ਼ਰੂਰ ਆ ਕਿ ਅਸੀਂ ਜਾ ਕੇ ਦੇਖਿਆ ਕਿ ਉਸ ਪਰਿਵਾਰ 'ਤੇ ਬਹੁਤ ਵੱਡਾ ਮਾਨਸਿਕ ਤੌਰ 'ਤੇ ਬੋਝ ਸੀ ਕਿ ਜਿਹੜੀ ਪਾਰਟੀ ਲਈ ਉਹਨਾਂ ਦੇ ਪਤੀ ਸਵਰਗੀ ਸਾਹਿਬ ਪ੍ਰੀਤਮ ਸਿੰਘ ਮਤਲਬ ਸੇਵਾ ਕਰਦੇ, ਕੁਰਬਾਨੀ ਕਰਦੇ ਚਲੇ ਗਏ, ਅੱਜ ਉਸ ਪਾਰਟੀ ਨੇ ਉਹ ਲਾਵਾਰਸ ਬਣਾ ਕੇ ਛੱਡਤਾ ਪਰਿਵਾਰ, ਔਰ ਉਸ ਗੱਲ ਦਾ ਅਹਿਸਾਸ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਹੋ ਰਿਹਾ ਕਿ ਜਿਸ ਤਰੀਕੇ ਨਾਲ ਸਲੂਕ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ। ਜੇ ਲੋਕਾਂ ਨੇ ਅਸੀਂ ਮਾਫ਼ੀ ਮੰਗਣ ਕਿਉਂ ਗਏ ਹਾਂ? ਕਿਉਂਕਿ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਗੁਰੂ ਵੀ ਨਾਰਾਜ਼ ਆ ਸਾਡੇ ਤੋਂ, ਗੁਰੂ ਦਾ ਖਾਲਸਾ ਵੀ ਨਾਰਾਜ਼ ਆ, ਮਤਲਬ ਵਾਰ ਵਾਰ ਫਤਵੇ ਦੇ ਰਿਹਾ ਪੰਥ, ਵਾਰ ਵਾਰ ਪੰਜਾਬ ਦੇ ਲੋਕ ਫਤਵੇ ਦੇ ਰਹੇ ਨੇ ਅਤੇ ਅਸੀਂ ਫਿਰ ਵੀ ਅਹਿਸਾਸ ਨਹੀਂ ਕਰ ਰਹੇ। ਜੇ ਖਾਲਸਾ ਪੰਥ ਸਾਡੇ ਹੱਕ 'ਚ ਫਤਵਾ ਦੇ ਦਿੰਦਾ ਫਿਰ ਤਾਂ ਅਸੀਂ ਮੰਨਦੇ ਵੀ ਅਸੀਂ ਕੋਈ ਗਲਤੀ ਨਹੀਂ ਕੀਤੀ, ਅਤੇ ਜੇ ਹੁਣ ਫਤਵਾ ਸਾਡੇ ਉਲਟ ਜਾ ਰਿਹਾ, ਪਾਰਟੀ ਦੀਆਂ ਜਵਾਨਤਾਂ ਜ਼ਬਤ ਕਰਾਤੀਆਂ ਲੋਕਾਂ ਨੇ, ਇਕੱਲੇ ਅਨੰਦਪੁਰ ਸਾਹਿਬ ਤਾਂ ਹੋਈ ਨਹੀਂ, ਅਤੇ ਮਤਲਬ ਜਲਾਲਾਬਾਦ ਵੀ ਚੌਥੇ ਨੰਬਰ, ਫਿਰੋਜ਼ਪੁਰ ਵੀ ਚੌਥੇ ਨੰਬਰ 'ਤੇ, ਅੰਮ੍ਰਿਤਸਰ ਵੀ ਚੌਥੇ ਨੰਬਰ 'ਤੇ, ਆਪਣਾ ਹਰ ਸੀਟ ਲੁਧਿਆਣਾ ਵੀ ਕੋਈ ਸੀਟ ਹੈ ਸੀ, ਦੋ ਸੀਟਾਂ ਤੋਂ ਬਿਨਾਂ ਹਰ ਥਾਂ 'ਤੇ ਜਿੱਥੇ ਜਗਾੜਬਾਜ਼ੀ ਕਰ ਲਈ ਵੱਖਰੀ ਗੱਲ ਆ,
ਨਹੀਂ ਹਰ ਥਾਂ ਤੇ ਚੌਥੇ ਨੰਬਰ ਤੇ ਜਮਾਤਾਂ ਜਾਂ ਦੂਜੀਆਂ ਪਾਰਟੀ ਦੀਆਂ ਜਦੋਂ ਇਹ ਤਾਂ ਕੁਦਰਤੀ ਤੌਰ ਤੇ ਉਹਦਾ ਅਹਿਸਾਸ ਹੋਇਆ। ਤੁਸੀਂ ਪਹਿਲਾਂ ਵੀ ਦੋ ਵਾਰ ਅਕਾਲੀ ਨਹੀਂ ਮਿਲੇ, ਉਹ ਵੀ ਬਗਾਵਤੀ ਜਦੋਂ ਵੀ ਕੋਈ, ਇਹ ਬਗਾਵਤ ਨਹੀਂ ਹੈ, ਇਹ ਪਾਰਟੀ ਨੂੰ ਤਕੜਾ ਕਰਨ ਦਾ ਕੋਈ ਸੁਝਾਅ ਦੇਣਾ ਬਗਾਵਤ ਆ, ਪਾਰਟੀ ਨੂੰ ਮਜ਼ਬੂਤ ਕਰਨ ਦਾ ਸੁਝਾਅ ਦੇਣਾ ਕੋਈ ਬਗਾਵਤ ਆ, ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਆਪਣੀਆਂ ਭੁੱਲਾਂ ਮਕਸਾਉਣਾ ਕੋਈ ਬਗਾਵਤ ਆ। ਇਹ ਤਾਂ ਉਹ ਲੋਕ ਕਹਿੰਦੇ ਨੇ ਜਿਨ੍ਹਾਂ ਨੇ ਕਰਨਾ ਕੁਛ ਨਹੀਂ, ਸਿਰਫ ਆਪਣਾ ਗੱਲਾਂ ਬਾਤਾਂ ਨਾਲ ਹੀ ਰੋਟੀਆਂ ਸੇਕਣੀਆਂ, ਜਿਨ੍ਹਾਂ ਨੂੰ ਅਕਾਲੀ ਦਲ ਦੇ ਇਤਿਹਾਸ ਦਾ ਪਤਾ ਨਹੀਂ, ਜਿਨ੍ਹਾਂ ਨੂੰ ਅਕਾਲੀ ਦਲ ਦੀ ਵਿਰਾਸਤ ਦਾ ਪਤਾ ਨਹੀਂ, ਉਹ ਲੋਕ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ। ਅਦਰਵਾਈਜ਼ ਤਾਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੱਡੇ ਵੱਡੇ ਲੀਡਰ ਗਏ, ਸਾਡਾ ਇਤਿਹਾਸ ਆ, ਔਰ ਉਹ ਗਲਤੀਆਂ ਮਨਾ ਕੇ ਖਿਮਾ ਜਾਚਕਾ ਤੋਂ ਬਾਅਦ ਉਹ ਸੇਵਾ ਕਰਦੇ ਰਹੇ, ਪੰਥ ਨੇ ਕਬੂਲ ਕੀਤਾ ਉਹਨਾਂ ਨੂੰ, ਆਹੀ ਸਾਡੀ ਮੰਗ ਸੀ, ਹੋਰ ਤਾਂ ਸਾਡੀ ਗੱਲ ਹੀ ਕੋਈ ਨਹੀਂ। ਤੁਹਾਡਾ ਮੀਟਿੰਗ ਦਾ ਏਜੰਡਾ ਸੀ? ਦੇਖੋ, ਸਾਰਾ ਵੇਰਵਾ ਤਾਂ ਚੰਦੂ ਮਹਾਰਾਜ ਸਾਹਿਬ ਨੇ ਦਿੱਤਾ, ਮੈਂ ਉਹਦੇ ਵਿਸਤਾਰ ਵਿੱਚ ਨਹੀਂ ਜਾਣਾ ਚਾਹੁੰਦਾ। ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ, ਸ਼੍ਰੋਮਣੀ ਅਕਾਲੀ ਦਲ ਦਾ ਦਰਦ ਦਿਲ ਵਿੱਚ ਰੱਖਣ ਵਾਲੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਅਕਾਲੀ ਦਲ ਨੂੰ ਬਚਾਉਣ ਵਾਸਤੇ। ਜੋ ਗੱਲਾਂ ਅਸੀਂ ਲੈ ਕੇ ਚੱਲੇ ਹਾਂ ਉਹ ਸਾਰੀਆਂ ਦਾ ਮਕਸਦ ਇੱਕੋ ਹੀ ਹੈ ਵੀ ਅਕਾਲੀ ਦਲ ਨੂੰ ਅਸੀਂ ਦੁਬਾਰੇ ਮੁੜ ਸੁਰਜੀਤ ਕਰ ਸਕੀਏ, ਆਪਦੇ ਪੈਰਾਂ 'ਤੇ ਖੜਾ ਕਰ ਸਕੀਏ। ਨਹੀਂ ਦੇਖੋ, ਗੱਲ ਸੁਣੋ, ਗੱਲ ਚੋਣਾਂ ਸਿਰਫ ਜਿੱਤਣ ਦੀ ਨਹੀਂ ਹੈ, ਗੱਲ ਹੈ ਵੀ ਲੋਕਾਂ ਦਾ ਫਤਵਾ, ਲੋਕਾਂ ਦੀ ਭਾਵਨਾ। ਲੋਕਾਂ ਨੇ ਅਕਾਲੀ ਦਲ ਤੋਂ ਮੂੰਹ ਮੋੜ ਲਿਆ, ਕਿਉਂ ਮੋੜਿਆ? ਇਹਨਾਂ ਸਾਰੇ ਕਾਰਨਾਂ ਕਰਕੇ ਜਿਹੜਾ ਅਸੀਂ ਵੇਰਵਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਲਿਖ ਕੇ ਦੇ ਕੇ ਆਏ ਹਾਂ, ਇਹਨਾਂ ਕਾਰਨਾਂ 'ਚ ਅਸੀਂ ਵੀ ਆਪਦੇ ਆਪ ਨੂੰ ਕਿਤੇ ਨਾ ਕਿਤੇ ਦੋਸ਼ੀ ਸਮਝਦੇ ਹਾਂ, ਅਤੇ ਸਾਨੂੰ ਵੀ ਸਜ਼ਾ ਲਾਈ ਜਾਵੇ। ਅਸੀਂ ਉਹਨਾਂ ਨੂੰ ਸਜ਼ਾ ਲਾਉਣ ਦੀ ਤਾਂ ਗੱਲ ਨਹੀਂ ਕੀਤੀ, ਅਸੀਂ ਤਾਂ ਆਪ ਸਜ਼ਾ ਆਪਣੇ ਆਪ ਨੂੰ ਸਜ਼ਾ ਲਵਾਉਣ ਗਏ ਹਾਂ। ਸੋ ਇਸ ਲਈ ਕੋਈ ਚੋਣਾਂ ਦਾ ਜਾਂ ਕੋਈ ਹੋਰ ਚੀਜ਼ ਨਹੀਂ, ਗਲਤ ਹੈ ਵੀ ਲੋਕਾਂ ਦੀ ਭਾਵਨਾ ਕਿੱਥੋਂ ਪਤਾ ਚੱਲਦੀ ਹੈ ਤੁਹਾਨੂੰ? ਚੋਣਾਂ ਰਾਹੀਂ, ਵੋਟਾਂ ਰਾਹੀਂ ਉਹ ਗੱਲ ਭਾਵਨਾ ਲੋਕਾਂ ਦੀ ਸਾਹਮਣੇ ਆ ਗਈ। ਅਸੀਂ ਵੀ ਦੇਖ ਲਿਆ ਵੀ ਲੋਕ ਸਾਡੇ ਤੋਂ ਕੀ ਚਾਹੁੰਦੇ, ਲੋਕਾਂ ਨੇ ਕਿਹਾ ਵੀ ਆਹ ਕਰੋ, 22 'ਚ ਵੀ ਲੋਕਾਂ ਨੇ ਕਿਹਾ ਸੀ, ਨਹੀਂ ਸੁਣਿਆ। ਅਸੀਂ ਸੋਚਿਆ ਵੀ ਜੇ ਹੁਣ ਇਹ ਨਹੀਂ ਸੁਣ ਰਹੇ, ਘੱਟੋ ਘੱਟ ਅਸੀਂ ਸੁਣ ਲਈਏ, ਅਸੀਂ ਜਾ ਕੇ ਜਿਹੜੀ ਹੈ ਖੇਮਾ ਯਾਜਨਾ ਮੰਗ ਲਈਏ, ਇਹਦਾ ਇਹ ਤਾਂ ਹੁਣ ਮੁਨਕਰ ਹੀ ਹੋ ਗਏ। ਸੋ ਅਸੀਂ ਆਪਦੀ ਡਿਊਟੀ ਸਮਝ ਕੇ ਗਏ ਹਾਂ, ਅਸੀਂ ਕੋਈ ਕਿਸੇ 'ਤੇ ਕੋਈ ਆਸਾਨ ਨਹੀਂ, ਕੋਈ ਕਿਸੇ 'ਤੇ ਕੋਈ ਜਿਹੜਾ ਹੈ ਬੋਝ ਨਹੀਂ। ਜੇਕਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ, ਕੀ ਵੱਖਰਾ ਅਕਾਲੀ ਦਲ ਹੋਂਦ ਵਿੱਚ ਆਵੇਗਾ? ਦੇਖੋ, ਹਜੇ ਪਾਰਟੀ ਨੂੰ ਵੱਖਰਾ ਕਰਨ ਦੀ ਗੱਲ ਹੀ ਨਹੀਂ ਹੈ, ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਹੈ। ਮਜ਼ਬੂਤ ਕਰਨ ਵਾਸਤੇ ਉਹਨਾਂ ਨੂੰ ਪਿੱਛੇ ਹਟਣਾ ਜ਼ਰੂਰੀ ਹੈ, ਲੋਕਾਂ ਨੇ ਇਹ ਕਹਿਤਾ। ਇਹ ਦੇਖੋ, ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰੀ ਨਹੀਂ, ਚਾਰ ਵਾਰੀ ਲੋਕਾਂ ਨੇ ਵੋਟਾਂ ਦੇ ਰਾਹੀਂ ਇੱਕ ਸੰਦੇਸ਼ ਦਿੱਤਾ ਅਕਾਲੀ ਦਲ ਨੂੰ ਵੀ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਸਾਨੂੰ ਨਹੀਂ ਪ੍ਰਵਾਨ, ਹੁਣ ਅਸੀਂ ਲੋਕਾਂ ਦੀ ਵੀ ਨਹੀਂ ਸੁਣਾਂਗੇ। ਫਿਰ ਅਕਾਲੀ ਦਲ ਦੇ ਆਪਦੇ ਵਰਕਰਾਂ ਨੇ ਝੁੰਦਾ ਰਿਪੋਰਟ ਦੇ ਵਿੱਚ ਕਹਿਤਾ, ਸਾਰਿਆਂ ਨੇ ਇਹ ਗੱਲ ਕਮੇਟੀ ਨੂੰ ਬੜੀ ਸਪਸ਼ਟ ਕਹੀ ਹੈ ਵੀ ਜੇ ਸਾਡੀ ਗੱਲ ਪਹੁੰਚਾਓਗੇ ਤੁਸੀਂ ਤਾਂ ਲਿਖਿਓ ਵੀ ਸਾਨੂੰ ਪਤਾ ਵੀ ਤੁਹਾਡੇ ਕੋਲ ਹਿੰਮਤ ਨਹੀਂ, ਤੁਸੀਂ ਸਾਡੀ ਗੱਲ ਕਰ ਸਕੋ। ਸੋ ਲੋਕ ਅਕਾਲੀ ਦਲ ਦੇ ਵਰਕਰ ਖੁਦ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹ ਅਕਾਲੀ ਦਲ ਦੇ ਵਰਕਰਾਂ ਦੀ ਭਾਵਨਾ, ਉਹਨੂੰ ਲੈ ਕੇ ਚੱਲੇ। ਦੇਖੋ, ਮੇਰੀ ਗੱਲ ਸੁਣੋ, ਇਕੱਲੇ ਸਾਡੇ ਮੰਗਣ ਦੀ ਗੱਲ ਨਹੀਂ, ਬੱਚਾ ਬੱਚਾ ਪੰਜਾਬ ਦਾ ਕਹਿੰਦਾ ਇਹ ਵੀ ਜਿੰਨਾ ਚਿਰ ਉਹ ਪਿੱਛੇ ਨਹੀਂ ਹਟਦੇ ਉਹਨਾਂ ਚਿਰ ਅਕਾਲੀ ਦਲ ਨਹੀਂ ਦੁਬਾਰੇ ਖੜਾ ਹੋ ਸਕਦਾ। ਸਿੰਘ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਤੁਹਾਡੇ ਵੱਲੋਂ ਕੀਤੀਆਂ ਗਈਆਂ, ਉਸ ਵਕਤ ਤੁਸੀਂ ਵੀ ਸਰਕਾਰ ਵਿੱਚ ਸੀ, ਕੀਤੀਆਂ ਗਈਆਂ ਬੱਜਰ ਗਲਤੀਆਂ ਜਿਹਨਾਂ ਵਿੱਚ ਸਰਸਾ ਸਾਹਿਬ ਦੀ ਮਾਫ਼ੀ, ਸਮੇਤ ਸਿੰਘ ਸੈਣੀ, ਅਜ਼ਹਾਰ ਆਲਮ ਦੀ ਪਤਨੀ ਨੂੰ ਟਿਕਟ ਦੇਣਾ, ਹੋਰ ਬਹੁਤ ਸਾਰੀਆਂ ਗਲਤੀਆਂ ਜਿਹਨਾਂ ਨੂੰ ਤੁਸੀਂ ਖੁਦ ਮੰਨਿਆ, ਕੀ ਉਹ ਮਾਫ਼ ਹੋ ਜਾਣਗੀਆਂ? ਦੇਖੋ, ਇੱਕ ਜਿਹੜੀ ਕੌਮ ਹੈ ਬਖਸ਼ਣਹਾਰ ਹੈ, ਸਿੱਖ ਕੌਮ ਵੱਡੇ ਵੱਡੇ ਗੁਨਾਹ ਵੀ ਬਖਸ਼ ਦਿੰਦੀ, ਅਸੀਂ ਤਾਂ ਉਹਨਾਂ ਦੇ ਵਿੱਚ ਸਿਰਫ ਸਾਡਾ ਛੋਟਾ ਜਿਹਾ ਯੋਗਦਾਨ ਹੈ ਇਹਨਾਂ ਸਾਰਿਆਂ, ਜਿਹੜੇ ਵੱਡੇ ਦੋਸ਼ੀ ਨੇ ਉਹ ਤਾਂ ਲੋਕ ਜਾਣਦੇ ਨੇ ਕੌਣ ਨੇ, ਪਰ ਅਸੀਂ ਫਿਰ ਵੀ ਆਪਦੀ ਜਿੰਨਾ ਵੀ ਸਾਡਾ ਗੁਨਾਹ ਹੈ ਉਹ ਕਬੂਲਦੇ ਹਾਂ ਵੀ ਅਸੀਂ ਉਹਨਾਂ ਕੁ ਗੁਨਾਹ ਸਾਡਾ ਹੈਗਾ, ਅਸੀਂ ਸਾਨੂੰ ਜੋ ਤੁਸੀਂ ਸਜ਼ਾ ਲਾਓਗੇ
ਉਹ ਅਸੀਂ ਮੰਨਾਂਗੇ। ਸੋ ਇਸ ਲਈ ਉਹ ਗੱਲ ਅਸੀਂ ਰੱਖੀ ਹੈਗੀ। ਦੇਖੋ ਅੱਜ ਹਲਕਾ ਛਤਰਾਣਾ ਦੇ ਉਹ ਲੋਕ ਜਿਨ੍ਹਾਂ ਲੋਕਾਂ ਦੇ ਪਰਿਵਾਰਾਂ ਨੇ ਇਸ ਇਲਾਕੇ ਦੇ ਵਿੱਚ ਅਕਾਲੀ ਦਲ ਨੂੰ ਖੜ੍ਹਾ ਕੀਤਾ, ਅਤੇ ਫਿਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਮੈਂ ਸਮਝਦਾ ਬੜਾ ਸੰਘਰਸ਼ ਦਾ ਅਤੇ ਬੜਾ ਔਖਾ ਸਮਾਂ ਸੀਗਾ ਸ਼੍ਰੋਮਣੀ ਅਕਾਲੀ ਦਲ 'ਤੇ, ਇਹ ਉਹ ਲੋਕ ਨੇ, ਉਹ ਵਰਕਰ ਨੇ ਜਿਨ੍ਹਾਂ ਵਰਕਰਾਂ ਨੇ ਉਸ ਸਮੇਂ ਵੀ ਅਕਾਲੀ ਦਲ ਦਾ ਝੰਡਾ ਨੀਵਾਂ ਨਹੀਂ ਹੋਣ ਦਿੱਤਾ। ਅੱਜ ਉਹ ਵਰਕਰਾਂ ਦੀ ਭਾਵਨਾਵਾਂ ਸੀ ਚੰਦੂ ਮਹਿਰਾ ਸਾਹਿਬ ਦੇ ਲਈ ਵੀ ਇੱਥੇ ਆਉਣ, ਆ ਕੇ ਗੱਲਬਾਤ ਜਿਹੜੀ ਹੈਗੀ ਆ ਸੁਣਨ। ਸੋ ਮੈਂ ਸਮਝਦਾ ਅੱਜ ਹਰ ਉਸ ਪਰਿਵਾਰ ਦੇ ਜੀ ਦੇ ਮਨ ਦੇ ਵਿੱਚ ਦਰਦ ਆ ਜਿਨ੍ਹਾਂ ਪਰਿਵਾਰਾਂ ਨੇ ਅਕਾਲੀ ਦਲ ਦੇ ਵਿੱਚ ਉਮਰਾਂ ਹੰਢਾਈਆਂ, ਵੀ ਅੱਜ ਜਿਹੜੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਨਿਘਾਰ ਵੱਲ ਚਲੀ ਗਈ, ਜਿਸ ਥਾਂ 'ਤੇ ਪੁੱਜ ਗਈ, ਅੱਜ ਹਰ ਇੱਕ ਚਿੰਤਿਤ ਆ। ਜਿੱਥੇ ਪੰਜਾਬ ਨੂੰ ਅੱਜ ਮੈਂ ਸਮਝਦਾ ਅੱਜ ਸਮੇਂ ਦੀ ਲੋੜ ਆ, ਪੰਜਾਬ ਨੂੰ ਬਹੁਤ ਵੱਡੀ ਜ਼ਰੂਰਤ ਆ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ। ਜਦੋਂ ਸਾਡੇ ਗੁਆਂਢੀ ਸੂਬਿਆਂ ਦੇ ਨਾਲ ਵੱਡੇ ਵੱਡੇ ਮਸਲੇ ਨੇ, ਐਸੇ ਸਮੇਂ ਲੋੜ ਆ ਬਹੁਤ ਵੱਡੀ ਪਾਰਟੀ ਨੂੰ ਮਜ਼ਬੂਤ ਕਰਨ ਦੀ। ਸੋ ਪਾਰਟੀ ਵਰਕਰਾਂ ਦੀ ਇੱਕ ਭਾਵਨਾਵਾਂ ਸੀ, ਮੈਂ ਸਮਝਦਾ ਵੀ ਜਦੋਂ ਝੁੰਡਾ ਕਮੇਟੀ ਇਸ ਜ਼ਿਲ੍ਹੇ ਦੇ ਵਿੱਚ ਆਈ ਸੀ ਤਾਂ ਮੈਂ ਨਾਂ ਨਹੀਂ ਲੈ ਸਕਦਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਮਰਾਂ ਹੰਢਾਉਣ ਵਾਲੇ, ਉਹ ਨਾਂ ਖਾਸ ਤੌਰ ਦੇ ਉੱਤੇ ਇਸ ਇਲਾਕੇ ਦਾ ਬਹੁਤ ਵੱਡਾ ਨਾਂ ਸੀ ਸਵਰਗਵਾਸੀ ਸਰਦਾਰ ਨਿਰਮਲ ਸਿੰਘ ਹਰਿਆਓ, ਉਹੋ ਜਿਹੇ ਬੰਦਿਆਂ ਨੂੰ ਵੀ ਮਜਬੂਰ ਹੋ ਕੇ ਝੁੰਦਾ ਕਮੇਟੀ ਦੇ ਵਿੱਚ ਆਪਣੇ ਬਿਆਨ ਰਿਕਾਰਡ ਕਰਾਉਣੇ ਪਏ ਵੀ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਹਟ ਜਾਣਾ ਚਾਹੀਦਾ। ਸੋ ਬੱਚੇ ਬੱਚੇ ਦੀ ਭਾਵਨਾ ਸੀ। ਝੁੰਦਾ ਕਮੇਟੀ ਦੀ ਰਿਪੋਰਟ ਅਸੀਂ ਨਸ਼ਰ ਕੀਤੀ, ਮੈਂ ਸਮਝਦਾ ਜੇ ਅਕਾਲੀ ਦਲ ਨੂੰ ਬਚਾਉਣਾ ਤਾਂ ਉਸ ਰਿਪੋਰਟ ਨੂੰ ਆਪਣਾ ਨਿੱਜ ਛੱਡ ਕੇ ਉਸ ਰਿਪੋਰਟ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਸਰਦਾਰ ਸੁਖਬੀਰ ਸਿੰਘ ਬਾਦਲ। ਇੱਕ ਅਸੀਂ ਜਲੰਧਰ ਵਿਖੇ ਜਿਹੜੀ ਆਪਣੀ ਅਕਾਲੀ ਉਮੀਦਵਾਰ ਨੇ ਜੀ, ਉਹ ਆਮ ਆਦਮੀ ਸ਼ਾਮਲ ਹੋ ਗਏ, ਕਿਸ ਤਰ੍ਹਾਂ ਦੇਖਦੇ? ਦੇਖੋ ਹਜੇ ਤਾਂ ਚੈਨਲ ਰਾਹੀਂ ਪਤਾ ਲੱਗਿਆ, ਮੇਰੀ ਉਸ ਸੰਬੰਧੀ ਕਿਸੇ ਨਾਲ ਗੱਲ ਨਹੀਂ ਹੋਈ, ਜਦੋਂ ਗੱਲ ਹੋਈ ਤਾਂ ਤੁਹਾਡੇ ਨਾਲ ਉਸ ਗੱਲਬਾਤ ਤੋਂ ਬਾਅਦ ਹੀ ਕੋਈ ਜਾਣਕਾਰੀ ਸਾਂਝੀ ਕਰ ਸਕੂੰਗਾ। ਪਰ ਇਹ ਜ਼ਰੂਰ ਆ ਵੀ ਨਿਰਾਸ਼ਾ ਦਾ ਆਲਮ ਸੀ ਜ਼ਰੂਰ, ਜਦੋਂ ਆਪਣੇ ਪਾਰਟੀ ਪ੍ਰਧਾਨ ਨੂੰ ਕੋਈ ਕਾਮ ਗਰੀਬ ਵਰਕਰ ਮਤਲਬ ਆਪਣੇ ਵਿਰੁੱਧ ਭੁਗਤਦਿਆਂ ਹੋਇਆਂ ਦੇਖਦਾ ਨਾ, ਤਾਂ ਉਹ ਵਰਕਰ ਦਾ ਮਨੋਬਲ ਹੀ ਨਹੀਂ ਟੁੱਟਦਾ, ਉਹਦੀ ਮਾਨਸਿਕਤਾ ਦੇ ਉੱਤੇ ਚੀਜ਼ਾਂ ਬਹੁਤ ਗਹਿਰਾ ਅਸਰ ਪਾਉਂਦੀਆਂ। ਜੇ ਪਾਰਟੀ ਪ੍ਰਧਾਨ ਹੀ, ਮੈਂ ਸਮਝਦਾ ਪਾਰਟੀ ਦੇ ਉਹ ਲੋਕ ਜਿਹੜੇ ਲੋਕ ਅੱਜ ਕਹਿੰਦੇ ਆ ਵੀ ਅਸੀਂ ਉਹੀ ਅਕਾਲੀ ਦਲ ਦੇ ਕਰਤਾ ਧਰਤਾ, ਜਦੋਂ ਉਹਨਾਂ ਲੋਕਾਂ ਨੂੰ ਦੇਖਦੇ ਨੇ ਵੀ ਔਖੇ ਸਮੇਂ ਸਾਡੇ ਨਾਲ ਹੀ ਨਹੀਂ ਖੜ੍ਹ ਰਹੇ, ਸਾਡੇ ਵਿਰੁੱਧ ਭੁਗਤਦੇ ਨੇ, ਤਾਂ ਮਾਨਸਿਕ ਰੂਪ 'ਤੇ ਵੀ ਅਸਰ ਹੁੰਦਾ। ਬਾਕੀ ਕੀ ਗੱਲਾਂ ਬਾਤਾਂ ਉਹ ਗੱਲਬਾਤ ਕਰਨ ਤੋਂ ਬਾਅਦ ਹੀ ਸਾਹਮਣੇ ਆ ਸਕਦੇ। ਸਰਬਹਿੰਦ ਅਕਾਲੀ ਦਲ ਬਣਿਆ ਸੀ, ਤੁਹਾਡੇ ਫਾਦਰ ਸਾਹਿਬ ਵੀ ਛੱਡ ਕੇ ਗਏ ਸੀਗੇ, ਉਹਨਾਂ ਨੇ ਬਾਅਦ ਦੇ ਵਿੱਚ ਵੀ ਆਪਣਾ ਵੱਖਰਾ ਦਲ ਬਣਾਇਆ ਸੀ, ਬਾਅਦ ਦੇ ਵਿੱਚ ਤੁਸੀਂ ਸੁਖਬੀਰ ਸਿੰਘ ਬਾਦਲ ਨਾਲ ਦੁਬਾਰਾ ਫਿਰ ਰਲ ਜਾਂਦੇ ਹੋ, ਕੀ ਇਸ ਵਾਰ ਵੀ ਇਸ ਤਰ੍ਹਾਂ ਹੀ ਹੋਏਗਾ ਕਿ ਬਾਦਲ ਸਾਹਿਬ ਦੇ ਪਰਿਵਾਰ ਨਾਲ ਫਿਰ ਮਿੱਤਰਤਾ ਜ਼ਾਹਰ ਹੋ ਜਾਊਗੀ ਤੁਹਾਡੀ? ਦੇਖੋ ਉਸ ਸਮੇਂ ਜਿਹੜੇ ਹਾਲਾਤ ਸੀ ਨਾ, ਉਸ ਸਮੇਂ ਜਿਹੜੀਆਂ ਹੁਣ ਘਟਨਾਵਾਂ ਵਾਪਰੀਆਂ, ਜਿਨ੍ਹਾਂ ਘਟਨਾਵਾਂ ਕਰਕੇ ਵਰਕਰਾਂ 'ਚ, ਸਿੱਖ ਕੌਮ 'ਚ ਰੋਸ ਅਤੇ ਰੋਹ ਆ, ਉਸ ਸਮੇਂ ਐਸੀਆਂ ਕੋਈ ਘਟਨਾਵਾਂ ਨਹੀਂ ਸੀ ਉਸ ਤਰੀਕੇ ਦੀਆਂ ਨਹੀਂ ਸੀ ਵਾਪਰੀਆਂ, ਅਤੇ ਉਸ ਸਮੇਂ ਵੀ ਇਸੇ ਭਾਵਨਾ ਨਾਲ ਇਕੱਠੇ ਹੋਏ ਸੀਗੇ ਵੀ ਅਕਾਲੀ ਦਲ ਇਕੱਠਾ ਹੋਵੇ, ਅਕਾਲੀ ਦਲ ਸਾਡੇ ਕਰਕੇ ਪਾਰਟੀ ਦਾ ਕੋਈ ਐਸਾ ਨੁਕਸਾਨ ਨਾ ਹੋਵੇ ਕਿ ਅਸੀਂ ਪਾਰਟੀ ਦੇ ਇੱਕ ਹਿੱਸੇ ਨੂੰ ਅਲੱਗ ਲੈ ਕੇ ਬੈਠੇ ਹਾਂ, ਸੋ ਸ਼੍ਰੋਮਣੀ ਅਕਾਲੀ ਦਲ ਮੁੜ ਕੇ ਪੰਜਾਬ ਦੀ ਵਾਂਗਰੂ ਸਮਝ ਸਕੇ ਇਸ ਨਜ਼ਰੀਏ ਨਾਲ ਇਕੱਠੇ ਹੋਏ ਸੀ। ਪਰ ਅੱਜ ਮੈਂ ਸਮਝਦਾ ਵੀ ਲੋਕਾਂ ਦੀ ਇਕੱਲੇ ਇਕੱਲੇ ਦੀ ਇਹ ਮੰਗ ਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਪਾਸੇ ਹੋਣ, ਤਿਆਗ ਦੀ ਭਾਵਨਾ ਦਿਖਾਉਣ। ਇਹੋ ਗੱਲ ਆ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਸਮੇਤ ਸਮੁੱਚੇ ਉਹਨਾਂ ਸਾਥੀਆਂ ਨੇ, ਜਿਨ੍ਹਾਂ ਸਾਥੀਆਂ ਨੇ ਲੰਬੀਆਂ ਜੇਲ੍ਹਾਂ ਕੱਟੀਆਂ, ਜਿਨ੍ਹਾਂ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਲੰਬੀਆਂ ਜੱਦੋਜਹਿਦਾਂ ਕੀਤੀਆਂ, ਉਹਨਾਂ ਨੇ ਕਿਹਾ ਯਾਰ ਵੀ ਜੇ ਅਸੀਂ ਤਿਆਗ ਦਿਖਾਉਂਦੇ ਹਾਂ, ਸੁਖਬੀਰ ਸਿੰਘ ਬਾਦਲ ਨੂੰ ਫਿਰ ਤਿਆਗ ਦਾ ਹੁੱਕਾ ਦਿੱਤਾ ਵੀ ਤੁਸੀਂ ਵੀ ਦਿਖਾਓ। ਇੱਕ ਜੰਮੂ ਸਾਹਿਬ ਜਿਹੜਾ ਤੁਹਾਡੇ ਕੱਲ੍ਹ ਗਏ ਨੇ ਉੱਥੇ ਅੰਮ੍ਰਿਤਸਰ, ਉਸਨੂੰ ਬਾਗੀ ਧੜਾ ਕਿਹਾ ਜਾ ਰਿਹਾ ਅਕਾਲੀ ਦਲ ਵੱਲੋਂ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਬਾਗੀ ਧੜਾ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਮੈਂ ਸਮਝਦਾ ਜਿੱਦਾਂ ਗੁਰਚਰਨ ਸਿੰਘ ਟੌੜਾ ਬਾਰੇ ਬਹੁਤ ਕੁਛ ਬੋਲਦੇ ਸੀ, ਅੰਮ੍ਰਿਤਪਾਲ ਵਰਗੇ ਜਿਨ੍ਹਾਂ ਲੋਕਾਂ ਨੇ ਮੈਂ ਸਮਝਦਾ ਵੀ ਅੰਮ੍ਰਿਤ ਸੰਚਾਰ ਦੀ ਲਹਿਰ ਸ਼ੁਰੂ ਕੀਤੀ, ਉਹਨਾਂ ਉਹ ਜੇ ਉਹਨਾਂ ਦੇ ਵਿਰੁੱਧ ਖੜ ਗਏ, ਉਹਨਾਂ ਨੂੰ RSS ਦਾ ਏਜੰਟ ਕਹਿਣ ਲੱਗ ਗਏ, ਅਸੀਂ ਬਾਗੀ ਨਹੀਂ, ਅਸੀਂ ਤਾਂ ਅਕਾਲੀ ਹਾਂ, ਬਾਗੀ ਤਾਂ ਉਹ ਨੇ ਜਿਹੜੇ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਸਿਧਾਂਤਾਂ ਤੋਂ ਬਾਗੀ ਨੇ, ਉਹ ਬਾਗੀ ਨੇ।